ਅੱਜ ਤੂੰ ਕਿੱਧਰ ਘੁੰਮਣ ਡਈ ਆ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਬ੍ਰਾਹਮ ਕੁੜੀ ਦਾ ਵਰਲਡ ਹੈਗਾ। ਤੁਰੇ ਜਾਂਦੇ ਤੁਸੀਂ ਵਲੌਗ ਸਟਾਰਟ ਕਰ ਦਿੰਦੇ ਆ। ਤੁਸੀਂ ਸੋਚਦੇ ਹੋਵੋਗੇ ਅਸੀਂ ਅੱਜ ਖੇਤਾਂ 'ਚ ਕਿਉਂ ਘੁੰਮਦੇ ਪਏ ਆ। ਘੁੰਮਦੇ ਪਏ ਸੀ ਉਹ ਸ਼ਿਕਾਰ ਨੂੰ ਫੜਨ ਲਈ। ਅਸੀਂ ਤੁਹਾਨੂੰ ਦੱਸਾਂਗੇ। ਖੜੀ ਦੇਖਦੀ ਦੇਖੀ ਕਿੱਦਾਂ ਆ? ਜਦੋਂ ਤੁਹਾਡਾ ਡੌਗੀ ਘਰੋਂ ਬਾਹਰ ਭੱਜ ਜਾਂਦਾ ਤਾਂ ਤੁਸੀਂ ਉਹਨੂੰ ਫੜ ਕੇ ਕਿੱਦਾਂ ਲਿਆਉਣਾ? ਉਹ ਆਪ ਹੀ ਆ ਗਈ, ਉਹ ਆਪ ਹੀ ਆ ਗਈ। बिलकुल भी कहने कारी नहीं हैगी। ले भज गई। मैनू मगर मगर भजना पैना है। फड़ ले, ले फड़ ला। मैं तो सह चढ़ गए इन्ने च ही। कल्ली इत्थे अपना ही समझ के बैठी आ। ये ओनू पता आ गई, आ गई आ गई आ गई आ गई आ गई आ गई। ओनू पता सारा भी। हाँ भी मैनू आओ आओ इदी चाह के दिखा इन आ गई। और तो पता फट फट जल्दी फट लिया फट भज गए। इधर दी आऊगी इधर दी भज गई। ओहो मैं किधर फड़ ली शिकारा। एक मिनट रुकी, मैं दो चपेटा मारनी पहला। इनमें इन बाजा मारिया। एक मिनट रुकी, ऐसा बच्चे दिखाई नहीं दी मारने। क्यों नहीं दिखाई दी? ढीट है ये तेरे नाल तो वही चंगा यार। तू सा सानू भी चढ़ाया है, आप भी इन्हू चढ़िया है। मारना नहीं मानदी का तो नहीं हैगी। तू मानदी क्यों नहीं? मेरे को कितने ठीठ हां लगा। बो 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 गन इसका नाम है बादल। बादल जाएंगी और जाएंगी और वो तो पढ़ लाइन नु पढ़ उधर लेके जा ले नु। जाएंगी रुकी कितना पे है सानू। जाएंगी जाएंगी बेचारा चुप करके बैठा सोना जा मुंह बना के बैठी आ। ओनू जाके भू भू कर दी ओहदे कोल जाके। मैं बेला देख ला, मैं इनू ले लेना, तेनू छोड़ देना। अभी बेला ने समझाया कर गरीब मैंने चक्की चक्की आज चक्का भारा ही बहुत है। देखिए मुंह देखिए किदा कर दी। आओ फड़ी है देखी। नहीं 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 है दिना। हां चुप तो खुश है। हां बाजिया मैं बादल ले लेना। मैं देखी भजना इन्हें भजना। बादल आ दे ए पुत परे हो जाने ने सिर रही डराया कर इन सा। देखी जीव देखी जीव कि दबा रही है। बाहर जीव कि दबा रही है। हम तेन बांध देना कंट्रोल चो बाहर आए। मैं चली गई, मैं थक गई। प्लीज कमेंट करके जरूर दस्यो। दसो इन्हां नूं इलाज की किया जाए।
ਇੰਨੀ ਹਟਦੀ ਹੈਗੀ ਸੋਫਾ ਖਾ ਜਾਂਦੀ ਆ ਹੈੱਡਫੋਨ ਖਾ ਜਾਂਦੀ ਆ ਰੋਟੀ ਲੰਘਦੀ ਨਹੀਂ ਆਉਂਦੀ ਕਿ ਪਹਿਲਾਂ ਹੋਇਆ ਕੀ ਆ ਹੋਇਆ ਕੀ ਤੈਨੂੰ ਹੋਇਆ ਹਈ ਉਂਗਲੀ ਅਸੀਂ ਅਜੇ ਨੀ ਅਸੀਂ ਅਜੇ ਉੱਪਰ ਆਉਣਾ ਹੈਗਾ ਮੰਮੀ ਕਹਿੰਦੀ ਅਜੇ ਉੱਪਰ ਕਹਿੰਦੇ ਹੋਣਾ ਤੁਹਾਡੇ ਚੋਂ ਮੈਂ ਉਧਰ ਨੂੰ ਨੀ ਜਾਣਾ ਹੈਗਾ ਉਧਰ ਡੈਡੀ ਆ ਤੇ ਡੈਡੀ ਤੋਂ ਮੈਨੂੰ ਪੈਣੀਆਂ ਗਾਲਾਂ ਕਿਉਂ ਟਿਕੀ ਆ ਹੁਣ ਟਿਕੀ ਆ ਬਹਿ ਜਾ ਇੱਥੇ ਹੁਣ ਚੱਕੇ ਸੋਰੀ ਬਹਿ ਹੁਣ ਇੱਥੇ ਟੈਕੇ ਕੰਮ ਦਾ ਲਾਲਚ ਡੈਡੀ ਨੂੰ ਬਹੁਤ ਜ਼ਿਆਦਾ ਗਧੀ ਇਹ ਤਾਂ ਐਸਾ ਹੋਣਾ ਮੈਗੀ ਖਾਣੀ ਉਤੇ ਸਾਹ ਹੀ ਫੁੱਲਣਾ ਓਹਦੇ ਨਾਲ ਡੈਡੀ ਮੇਰੇ ਵੀ ਦੱਸਦੇ ਆ ਡੈਡੀ ਮੇਰੇ ਵੀ ਦੱਸਦੇ ਮੇਰੇ ਨੀ ਦੁਖਦੇ ਕਿਤਾਬ ਕਹਿੰਦੀ ਡੈਡੀ ਨੂੰ ਕਿਤਾਬ ਦੇਣਾ ਪੈਣਾ ਖਿਤਾਬ ਹੁੰਦਾ ਆ ਖਿਤਾਬ ਇਹ ਰਿਲੈਕਸ ਕਰਦੇ ਹੀ ਨੀ ਹੈਗੇ ਉੱਥੇ ਕਰਦੇ ਓਮਕਾਰੀ ਦੀ ਹੁੰਦੀ ਆ ਪਹਿਲਾਂ ਜਿੱਦਾਂ ਜਿੱਦਾਂ ਗਰਮ ਹੋਈਦਾ ਸਜੈਸ਼ਨ ਲੈ ਲਓ ਜਿੰਮ ਦੇ ਤੋਂ ਬਾਅਦ ਫਿਰ ਉਦਾਂ ਹੀ ਫਿਰ ਪਿੱਛੇ ਨੂੰ ਮੁੜੀਦਾ ਥੱਲੇ ਨੂੰ ਹਲਕਾ ਨਹੀਂ ਤੇ ਜਿੱਦਾਂ ਵਾਰਮ ਅਪ ਹੋ ਗਿਆ ਸਰੀਰ ਤੁਹਾਡਾ ਆਕੜ ਗਿਆ ਫਿਰ ਉਹਨੂੰ ਫਿਰ ਹਲਕੀ ਚੀਜ਼ ਨਾਲ ਫਿਰ ਉਹਨੂੰ ਪਿੱਛੇ ਨੂੰ ਸਰੀਰ ਨੂੰ ਮੁੜੀਦਾ ਹੁੰਦਾ ਡੈਡੀ ਕਿਸੇ ਦਿਨ ਸਾਡੇ ਨਾਲ ਚੱਲੇ ਦਾ ਸਰੀਰ ਨੂੰ ਮੈਂ ਤਾਂ ਸਾਰੇ ਭਜਾ ਦੇਣੇ ਤੇ ਸਾਰੇ ਜਦੋਂ ਪਤਾ ਲੱਗਾ ਵੀ ਜਾਂ ਮੈਂ ਅੱਖ ਦੇ ਦੱਸੀ ਕਿਸੇ ਨੂੰ ਵੀ ਨਹੀਂ ਪਤਾ ਹੋਣੀ ਹੈ ਪਤਾ ਰੇਤੇ ਦਾ ਜਿੰਮ ਮੇਰੇ ਕੋਲ ਹੀ ਸੀ ਉਪਰਲੀ ਨੀ ਕਰੀਦੀ ਅਸੀਂ ਏਦਾਂ ਹੀ ਕਰਦੇ ਇੱਕ ਇੱਕ ਦਿਨ ਹੀ ਲਾਈਦੇ ਲੈ ਤੁਸੀਂ ਸਾਨੂੰ ਕੀ ਜਵਾਕ ਸਮਝਦੇ ਆ ਡੈਡੀ ਤੈਨੂੰ ਲੋੜ ਹੈ ਉੱਪਰ ਤੈਨੂੰ ਸਮਾਂ ਉੱਪਰ ਦੀ ਲੋੜ ਆ ਕਿਹੜੀ ਕਿਹੜੀ ਲਾਵੇ ਮੇਰੇ ਜਿੰਨੀ ਤਾਂ ਤੁਹਾਡੇ ਚ ਜਾਨ ਹੈ ਹੀ ਨੀ ਲੱਤਾਂ ਪਤਲੀਆਂ ਕਰਨੀਆਂ ਫਿਰ ਦੌੜਿਆ ਕਰ ਆਹ ਜਿੰਨੀਆਂ ਬਾਹਾਂ ਖੁੱਲੀਆਂ ਏਦਾਂ ਕਰੀ ਗਈ ਫਿਰ ਲਾਗੇ ਲੈ ਆਈ ਇਹ ਤਾਂ ਬੈਕ ਦੀ ਐਕਸਰਸਾਈਜ਼ ਆ ਬੈਕ ਦੋਨੇ ਜਿੱਦਾਂ ਹੋ ਗਏ ਨਾ ਫਿਰ ਜਦ ਤੂੰ ਦੋ ਚਾਰ ਚਾਰ ਸੱਟ ਲਾ ਕੇ ਫਿਰ ਉਹਨੂੰ ਇੱਥੋਂ ਰੱਖ ਲੈ ਲਾਗੇ ਏਦਾਂ ਲਾਈ ਲਾਉਣ ਤੋਂ ਬਾਅਦ ਫਿਰ ਆਪ ਤੇਰੇ ਉੱਪਰਲੇ ਕੋਰਲ ਟਾਈਟ ਹੋ ਜਾਣੇ ਫਿਰ ਕੀ ਕਰਨਾ ਤੂੰ ਇੱਕ ਪਲੇਟ ਚ ਪਾ ਕੇ ਏਦਾਂ ਇੱਕ ਏਦਾਂ ਡਮਰੂ ਨੂੰ ਏਦਾਂ ਡੋਰ ਏਦਾਂ ਫੜ ਲੈਣਾ ਉਹਨੂੰ ਪੁੱਠਾ ਫਿਰ ਘੁਮਾਉਣਾ ਫਿਰ ਉਹਨੂੰ ਇਹ ਐਂ ਘੁਮਾਉਣਾ ਉਹ ਦੋ ਡੰਬਲ ਉਹ ਚ ਹੱਥ ਪਾ ਕੇ ਇਹ ਤਾਂ ਬੈਕ ਦੀ ਐਕਸਰਸਾਈਜ਼ ਆ ਨਹੀਂ ਡੋਲਿਆਂ ਦੀਆਂ ਫਿਰ ਇਹ ਸਾਰੀਆਂ ਉੱਪਰਲੇ ਪੋਰਸ਼ਨ ਨੇ ਅੱਛਾ ਜੇ ਲੱਤਾਂ ਵਧਾਉਣੀਆਂ ਹੋਣ ਜੇ ਲੱਤਾਂ ਵਧਾਉਣੀਆਂ ਹੋਣ ਲੱਤਾਂ ਦੀਆਂ ਮਸ਼ੀਨਾਂ ਜਿਹੜੀਆਂ ਲੱਤਾਂ ਨਾਲ ਹੈਗੀਆਂ ਉਹ ਕਰੋ ਨਹੀਂ ਕਟਾ ਤੁਸੀਂ ਮੈਨੂੰ ਦੱਸ ਲੈ ਉਹ ਤਾਂ ਪਹਿਲੀ ਸੁੰਗੜੀ ਆ ਪਰ ਉਹਨਾਂ ਠੰਡ ਨਾਲ ਇਹੀ ਲੜਦੀ ਹੁੰਦੀ ਸੀ ਨਾ ਕਰ ਅਸੀਂ ਕੋਈ ਨਹੀਂ ਇਹਨੇ ਮੇਰੀ ਅੱਖ ਸਜਾਈ ਸੀ ਆਪ ਕੇ ਪੂਰਾ ਮੂੰਹ ਇਹਨੇ
ਹੁਣ ਵੀ ਵੱਢ ਦੰਦੀ ਇਹ ਤੂੰ ਮੈਨੂੰ ਤੋਤਲੀ ਕਰਤਾ ਸੇਵੇ ਇਹਨੂੰ ਰਜਾਈ ਚ ਰੱਖ ਲਿਜਾ ਕੇ ਗਰਮੀਆਂ ਚ ਬਾਹਰ ਕੱਢਾਂਗੇ ਬਹਿਲਾ ਤੈਨੂੰ ਦਿਖਾਵਾਂ ਕੁਛ ਮੇਰੀ ਭੈਣ ਨੂੰ ਅੱਜ ਲੱਗੀਆਂ ਹੈਗੀਆਂ ਉਲਟੀਆਂ ਲੱਗੀਆਂ ਨਹੀਂ ਹੈਗੀਆਂ ਹਜੇ ਲੱਗਣ ਵਾਲੀਆਂ ਆ ਤੇ ਹਾਏ ਹਾਏ ਉਲਟੀ ਤੇ ਦੇਈ ਰਹਿੰਦੇ ਤੁਸੀਂ ਮੈਂ ਤਾਂ ਬੰਦ ਕੀਤਾ ਲੈ ਬਿਮਾਰ ਹੋਣ ਵਾਲੀ ਲੱਗਦੀ ਹੈ ਮੇਰਾ ਮੂੰਹ ਵੀ ਲੱਗਦਾ ਇਦਾਂ ਦਾ ਨਾ ਤੂੰ ਇਹਨੂੰ ਜਿੰਮ ਲਾ ਦੇ ਜਾਣਾ ਜਾਣ ਕੇ ਮੈਨੂੰ ਡੀਮੋਟੀਵੇਟ ਕਰਦੀ ਆ ਮੈਂ ਕਿਤੇ ਬੋਡੀ ਬੁਡੀ ਬਣਾ ਲਾ ਕਿੰਨੀ ਗੰਦੀ ਲੱਗਦੀ ਆ ਮੈਂ ਬਿੰਦੇ ਵਾਲੀ ਲੱਗਦੀ ਚੰਗਾ ਫਿਰ ਬਾਈ ਕੀ ਬਾਈ ਬਲੌਗ ਖਤਮ ਕਰਨ ਲੱਗੀ ਓਕੇ ਮੇਰੇ ਵਾਲ ਲੰਬੇ ਹੋ ਗਏ ਕਮੈਂਟ ਕਰਕੇ ਦੱਸੋ ਮੇਰੇ ਵਾਲ ਕਿੰਨੇ ਜ਼ਿਆਦਾ ਲੰਬੇ ਹੋ ਗਏ ਅੱਗੇ ਨਾਲੋਂ ਕੁੱਤੇ ਦੀ ਪੂਛ ਕਰਕੇ ਲੱਗਦੇ ਆ ਐਵੇਂ ਲੱਗਦੇ ਆ ਸੋਹਣੇ ਲੱਗਦੇ ਆ ਜਿੱਦਾਂ ਆਪਣੀ ਬੈਲਾ ਦੀ ਪੂਛ ਉੱਦਾਂ ਹੀ ਲੱਗਦੇ ਆ ਤੇ ਇਹਦੇ ਲੱਗਦੇ ਆ ਆਪਣੀ ਦਿਖਾ